ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਆਦਾਬ ਸਭ ਸਤਿਕਾਰਯੋਗ ਸਜਨਾਨੋ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮੇਂਦਰ ਸਿੰਘ ਟਿਵਾਣਾ ਭਾਰਤੀ ਸਮਾਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ ਰੋਜ਼ਾਨਾ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਲਾ ਸਟੂਡੀਓ ਚੋਂ ਲਾਈਵ ਪੇਸ਼ ਕੀਤਾ ਜਾਂਦਾ ਜਿਸ 'ਚ ਨਾਲ ਰਾਜਨੀਤਿਕ ਮਾਮਲਿਆਂ ਤੇ ਚਰਚਾ ਕਰਨ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੋਵੇ ਤਾਂ 9876309955 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਆ ਇਸ ਸਭ ਪ੍ਰੋਗਰਾਮ ਦੇ ਵਿੱਚ ਬਹੁਤ ਵੱਖੋ-ਵੱਖਰੇ ਰੰਗ ਨੇ ਵਿਦਾਵਾਂ ਨੇ ਹਰ ਵਰਗ ਦੀ ਹਰ ਇਨਫੋਰਮੇਸ਼ਨ ਸਾਂਝੀ ਅਸੀਂ ਕੋਸ਼ਿਸ਼ ਕਰੀ ਦੇ ਕੇ ਹਰ ਸੂਚਨਾ ਦੀ ਸਾਂਝ ਤੁਹਾਡੇ ਨਾਲ ਪਾਈ ਜਾਵੇ ਸੋ ਪ੍ਰਧਾਨ ਮੰਤਰੀ ਭਾਰਤ ਦੇ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਦਿੱਲੀ ਦੇ ਵਿੱਚ ਇੱਕ ਖੇਡ ਸਨਤ ਹੈ ਜਿਹੜੀ ਬੱਚਾਂ ਦੇ ਜਿਹੜੇ ਖਡਾਉਣੇ ਨੇ ਉਸ ਸਨਤ ਨਾਲ ਜੁੜਿਆ ਹੋਇਆ ਹੈ ਜਿਹੜਾ ਇੱਕ ਪ੍ਰੋਗਰਾਮ ਹੋਇਆ ਜਿਸ ਦਾ ਨਾਮ ਹੈ ਟਾਈਕੋਨੋਮੀ ਸੋ ਪ੍ਰਧਾਨ ਮੰਤਰੀ ਨਰਮੋਦੀ ਸਾਹਿਬ ਨੇ ਆਖਿਆ ਦਿੱਲੀ ਦੇ ਵਿੱਚ ਹੋਏ ਇਸ ਸਮਾਗਮ ਦੇ ਦੌਰਾਨ ਉਹ ਵੀਡੀਓ ਕਾਨਫਰencing ਵੇਰਾ ਹੀ ਉਹਨਾਂ ਨੇ ਸ਼ਮੂਲਿਤ ਕੀਤੀ ਹੈ ਤੇ ਇਸ ਦੌਰਾਨ ਖੇੜ ਸੰਤ ਨਾਲ ਜੁੜੇ ਵਿਸ਼ਵ ਵਪਾਰ ਦਾ ਜਿਹੜਾ ਸੀਨ ਸਾਡੇ ਸਾਹਮਣੇ ਹੈ ਕਿ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਆਬਾਦੀ ਦੇ ਪੱਖੋਂ ਵੀ ਅਸੀਂ ਮੋਹਰ ਲਿਆ ਚੌਣੇ ਆ ਜਿੱਡੀ ਸੰਡੇ ਆਬਾਦੀ ਹੈ ਸੋ ਇਸ ਦੌਰਾਨ ਠੀਕ ਹੈ ਚਾਈਨਾ ਸਾਡੇ ਤੋਂ ਅੱਗੇ ਹੈ ਪਰ ਚਾਈਨਾ ਬਾਕੀ ਕਮਾਚ ਵੀ ਸਾਡੇ ਨਾਲੋਂ ਅੱਗੇ ਹੈ ਆਵਾਦੀ ਪੱਖੋਂ ਅਜੇ ਭਾਵੇਂ ਅਸੀਂ ਅਵਲ ਨਹੀਂ ਆ ਪਰ ਫਿਰ ਵੀ ਅਵਲ ਆ ਹੀ ਜਾਣਾ ਜਿਸ ਤਰ੍ਹਾਂ ਦੀ ਸਥਿਤੀ ਹੈ ਬੱਚੇ ਪੈਦਾ ਕਰਨ ਚ ਅਸੀਂ ਪਿੱਛੇ ਛੱਡੀ ਜਾਂਦੇ ਹਾਂ ਸਭ ਨੂੰ ਦੁਨੀਆ ਚ ਸਭ ਨੂੰ ਕਿਉਂਕਿ ਸਾਡੇ ਧਰਮਾਂ ਵਾਲੇ ਲੋਕ ਕਹਿੰਦੇ ਨੇ ਕਿ ਬੱਚੇ ਵੱਧ ਪੈਦਾ ਕਰੋ ਪਰ ਬੱਚਿਆਂ ਲਈ ਜਿਹੜੀਆਂ ਸੁੱਖ ਸਹੂਲਤਾਂ ਨੇ ਖੜਾਉਣਾ ਬੱਚੇ ਦਾ ਜਾਨ ਤੋਂ ਪਿਆਰਾ ਹੁੰਦਾ ਖਡੌਣਾ ਖਡੌਣਾ ਵਿੱਚ ਸਾਡੀ ਐਡੀ ਮਾੜੀ ਸਥਿਤੀ ਹੈ ਕਿ ਪ੍ਰਧਾਨ ਮੰਤਰੀ ਨੇ ਉਸ ਟਾਈਕੋਨੋਮੀ ਸਮਾਗਮ ਦੇ ਦੌਰਾਨ ਕਹਿਣਾ ਪਿਆ ਕਿ ਵੋਕਲ ਫਾਰ ਲੋਕਲ ਟੌイズ ਦਾ ਉਹਨਾਂ ਨੇ ਸੱਦਾ ਦਿੱਤਾ ਖਡੌਣਾ ਸੈਕਟਰ ਦੇ ਵਿੱਚ ਕਹਿੰਦੇ ਲੋੜਵੰਦਾਂ ਦੇ ਵਿਕਾਸ ਦੀ ਸਮਰੱਥ ਹੈ ਹਾਲਾਂਕਿ ਇਸ ਦੌਰਾਨ ਜਿਹੜੀ ਸਥਿਤੀ ਪ੍ਰਧਾਨ ਮੰਤਰੀ ਸਾਹਿਬ ਨੇ ਵਰਚੁਅਲ ਮੀਟਿੰਗ ਦੇ ਦੌਰਾਨ ਜਿਹੜਾ ਦੱਸਿਆ ਕਿ ਵੋਕਲ ਫਾਰ ਲੋਕਲ ਟੌイズ ਕਿ ਲੋਕਲ ਖਡੌਣਿਆਂ ਦੇ ਵਾਸਤੇ ਆਵਾਜ਼ ਬੁਲੰਦ ਕਰੋ ਸ਼੍ਰੀ ਮੋਦੀ ਨੇ ਆਖਿਆ ਕਿ ਭਾਰਤ ਵੱਲੋਂ 80% ਜਿਹੜੇ ਖਿਡੌਣੇ ਨੇ ਉਹ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਨੇ ਬੱਚੇ ਅਸੀਂ ਪੈਦਾ ਕਰਦੇ ਆ ਅਸੀਂ ਉਹਨਾਂ ਨੂੰ ਜਿਹੜੇ ਖਿਡੌਣੇ ਨੇ ਉਹ ਵੀ ਨਹੀਂ ਲੈ ਕੇ ਦੇ ਸਕਦੇ ਇਸ ਦੌਰਾਨ ਆਲਮੀ ਖਿਡੌਣਾ ਬਾਜ਼ਾਰ ਹੈ ਜੋ ਵਿਸ਼ਵ ਦਾ ਟੌイズ ਦਾ ਬਾਜ਼ਾਰ ਹੈ ਉਸ ਦਾ ਜਿਹੜਾ ਅੰਦਾਜ਼ਨ ਕਾਰੋਬਾਰ ਹੈ ਉਹ 100 ਅਰਬ ਔਰ 100 ਅਰਬ ਡਾਲਰ ਹੈ ਜਾਨਕਿ 7.5 ਲੱਖ ਕਰੋੜ 100 ਅਰਬ ਡਾਲਰ ਦਾ ਵਪਾਰ ਹੈ ਸਾਲਾਨਾ ਜਿਸ ਦੇ ਵਿੱਚ ਭਾਰਤ ਦਾ ਕਿੰਨਾ ਯੋਗਦਾਨ ਹੈ ਸਿਰਫ 1100 ਕਰੋੜ ਜਾਨਕਿ 1.5 ਅਰਬ ਡਾਲਰ ਬਸੋਂ ਦੇ ਪੱਖੋਂ ਅਸੀਂ ਦੂਜੇ ਨੰਬਰ ਤੇ ਹਾਂ ਮੈਂ ਤਾਂ ਹੁਣ ਕਹਾਂਗਾ ਪਹਿਲੇ ਨੰਬਰ ਤੇ ਹਾਂ ਜਿੰਨੇ ਸਾਡੇ ਨਿਆਣੇ ਪੈਦਾ ਹੁੰਦੇ ਨੇ ਪਰ ਖਡੌਣਿਆਂ ਦੇ ਪੱਖੋਂ ਅਸੀਂ 1.5% ਵੀ ਨਹੀਂ ਹੈ ਪੂਰੀ ਦੁਨੀਆ ਦਾ ਕਿ ਸਾਡੇ ਨਿਆਣੇ ਖਡੌਣਿਆਂ ਨੂੰ ਤਰਸਦੇ ਨੇ ਅਸੀਂ ਖਡੌਣੇ ਨਹੀਂ ਬਣਾ ਸਕੇ ਇਸਦਰਾਂ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਵਿਸ਼ਵ ਵਪਾਰ ਹੈ ਜਿਹੜਾ ਟੁਆਇਜ਼ ਦਾ ਉਹ 100 ਡਾਲਰ ਹੈ ਪਰ ਸਾਡਾ ਜਿਹੜਾ ਇੰਡੀਆ ਦਾ ਕੰਟਰੀਬਿਊਸ਼ਨ ਹੈ ਖੜਾਉਣੇ ਦੇ ਕਾਰੋਬਾਰ 'ਚ ਉਹ ਸਿਰਫ 1.5 ਡਾਲਰ ਹੈ ਮਸਲਨ ਅਸੀਂ 1.5 ਡਾਲਰ 1.5% ਤੇ ਖੜੇ ਹਾਂ ਅਜੇ ਇਸ ਸਥਿਤੀ ਦੇ ਵਿੱਚ ਸੋ ਮੋਦੀ ਸਾਹਿਬ ਨੇ ਆਖਿਆ ਕਿ ਅਸੀਂ 80% ਖੜਾਉਣੇ ਵਿਦੇਸ਼ਾਂ ਤੋਂ ਮੰਗਵਾਰਿਆ ਬਾਹਰੋਂ ਮੰਗਵਾਰਿਆ ਚੀਨ ਤੋਂ ਜਾਂ ਹੋਰ ਮੁਲਕਾਂ ਤੋਂ ਜਿਸ ਤੋਂ ਭਾਵ ਹੈ ਕਿ ਸਾਡੇ ਕਰੋੜਾਂ ਅਰਬ ਰੁਪਏ ਖੜਾਉਣਿਆਂ ਦੇ ਰਹੀਂ ਵਿਦੇਸ਼ਾਂ ਨੂੰ ਜਾ ਰਹੇ ਨੇ ਇਸ ਸਥਿਤੀ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਉਹਨਾਂ ਆਖਿਆ ਕਿ ਖਡੌਣਾ ਸੈਕਟਰ ਦੇ ਵਿੱਚ ਔਰਤਾਂ ਵੱਲੋਂ ਪਾਏ ਯੋਗਦਾਨ ਦੀ ਵੀ ਉਹਨਾਂ ਨੇ ਚਰਚਾ ਕੀਤੀ ਕਿ ਜੇ ਇਹਨਾਂ ਵਰਗਾਂ ਦਾ ਲਾਹਾ ਲੈਣਾ ਤਾਂ ਸਾਨੂੰ ਵੋਕਲ ਫਾਰ ਲੋਕਲ ਟੁਆਇਜ਼ ਦੀ ਲੋੜ ਹੈ ਇਸ ਦੌਰਾਨ ਭਾਰਤ ਦੀ ਆਜ਼ਾਦੀ ਦੇ 75ਵੇਂ ਵਰੇਗੰਡ ਦੇ ਮੌਕੇ ਖਡੌਣਾ ਸੰਤ ਨਾਲ ਜੁੜੀਆਂ ਨਵੀਆਂ ਕਾਡਾਂ ਦੇ ਸ਼ਕੀਨਾ ਤੇ ਰਚਨਾਕਾਰਾਂ ਦੇ ਲਈ ਬਹੁਤ ਵੱਡਾ ਮੌਕਾ ਹੈ ਜਾਨੀ ਇਸ ਪਾਸੇ ਸਰਕਾਰ ਸੋਚਣ ਲੱਗੀ ਹੈ ਹਾਲਾਂਕਿ ਰੋਹਲ ਗਾਂਧੀ ਨੇ ਇਸ ਜਿਹੜੀ ਟੈਕੋਥਨ 2021 ਹੈ ਉਸ ਤੇ ਚਰਚਾ ਜਿਹੜੀ ਆਪਣੇ ਤੌਰ ਤੇ ਟਕਾਕਸ਼ ਕੀਤਾ ਕਿ ਪ੍ਰਧਾਨ ਮੰਤਰੀ ਸਾਹਿਬ ਤਾਂ ਦੇਸ਼ ਨਾਲ ਖੇਡ ਰਹੇ ਨੇ ਇਹਨਾਂ ਨੂੰ ਬੱਚਿਆਂ ਦੇ ਖੜਾਉਣਿਆਂ ਦਾ ਕੀ ਫਿਕਰ ਇਹ ਤਾਂ ਅਸੀਂ ਚਲੋ ਸਿਆਸੀ ਟਿੱਪਣੀਆਂ ਪਰ ਜਿਸ ਤਰ੍ਹਾਂ ਦੀ ਸਥਿਤੀ ਹੈ ਕਿ ਖੜਾਉਣਾ ਬੱਚੇ ਦੇ ਵਾਸਤੇ ਕਿੰਨੀ ਖੁਸ਼ੀ ਦਿੰਦਾ ਸੋ ਅਸੀਂ ਤਾਂ ਰੱਬ ਨੂੰ ਵੀ ਖੜਾਉਣਾ ਜਾਣ ਲੈ ਲੋਕਾਂ ਨੂੰ ਰਾਮ ਖੜਾਉਣਾ ਜਾਣਾ ਪਰ ਇਸ ਸਥਿਤੀ ਦੇ ਵਿੱਚ ਲੋਕਲ ਫਾਰ ਵੋਕਲ ਵੋਕਲ ਫਾਰ ਲੋਕਲ ਸਟੋਰੀਜ਼ ਦੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਕੀਤੀ ਹੈ ਮੈਨੂੰ ਚੇਤੇ ਆਉਂਦਾ ਕਿ ਇੱਥੇ ਸਾਡੇ ਪਟਿਆਲੇ 'ਚ ਵੀ ਤਰਪੜੀ 'ਚ ਇੱਕ ਦੁਕਾਨ ਆ ਬੱਚਿਆਂ ਦੀ ਜਿੱਥੋਂ ਘੜਾਉਣੇ ਘੜੂਣੇ ਅਸੀਂ ਵੀ ਲੈ ਕੇ ਦੇਈਦਾ ਨਿਆਣਿਆਂ ਨੂੰ ਵੱਡੇ ਛੋਟੇ ਹੋਰ ਰੈਕ ਜਾਂ ਹੋਰ ਵੱਡੀਆਂ ਚੀਜ਼ਾਂ ਵੀ ਮਤਲਬ ਇਹ ਨਹੀਂ ਕਿ ਛੋਟੇ ਬੱਚਿਆਂ ਦਾ ਹੀ ਤਰਪੜੀ 'ਚ ਭਾਈ ਜੀ ਹੋਰ ਦਾ ਬਹੁਤ ਵਧੀਆ ਕਾਰੋਬਾਰ ਹੈ ਉਹਨਾਂ ਦਾ ਉੱਥੇ ਕਿਤੇ ਗਏ ਉੱਥੇ ਆਪਣਾ ਜੁਗਿੰਦਰ ਮਹਿਰਾ ਜੀ ਹੋਰ ਨਾਲ ਵੀ ਗੱਲਬਾਤ ਕੀਤੀ ਜਿਹੜੇ ਇਹ ਦੁਨੀਆ ਦੇ ਵਿੱਚ ਦਰਜਨਾ ਰੇਡੀਓ ਨੇ ਜਿਹੜੇ ਉਹ ਜੁਗਿੰਦਰ ਸਿੰਘ ਮਹਿਰਾ ਹੋਰੇ ਚਲਾ ਰਹੇ ਨੇ ਮਹਿਰਾ মিডিਆ ਵਾਲੇ ਤੁਸੀਂ ਉਹਨਾਂ ਦਾ ਪ੍ਰੋਫਾਈਲ ਵੇਖੋ ਕਿਉਂਕਿ ਉਹ ਬੜੇ ਬਾਖਮਾਲ ਸਿੱਖਿਸ਼ਿਤ ਨੇ ਉਹ ਜਦੋਂ ਗੱਲ ਚੱਲੀ ਮੈਂ ਕਿਹਾ ਵੀ ਦੇਖੋ ਵਿਸ਼ਵ ਭਰ ਦੇ ਵਿੱਚ ਜਿਹੜੇ ਖਡਾਉਣੇ ਨੇ ਉਹਨਾਂ ਦਾ ਜੋ ਰਿਵਿਊ ਦਾ سلسلہ ਹੈ ਕਿ ਖਡਾਉਣਾ ਕਈ ਵਾਰੀ ਇਹ ਹੁੰਦਾ ਨਾ ਕਿ ਖਡਾਉਣੇ ਸਾਨੂੰ ਸੈਲ ਨਹੀਂ ਪਾਉਣੇ ਆਉਂਦੇ ਉਹਦਾ ਕਮੀਆਂ ਖਾਮੀਆਂ ਉਹਦਾ ਰਿਵਿਊ ਕਰਨਾ ਉਹਦੀ ਪੜਚੋਲ ਕਰਨੀ ਇਹ ਸਾਰਾ ਜਿਹੜਾ ਹੈਗਾ ਤਕਰੀਬਨ ਵਿਦੇਸ਼ੀ ਬੱਚੇ ਹੀ ਕਰਦੇ ਨੇ ਇੰਡੀਆ ਦੇ ਵਿੱਚ ਜਾਂ ਹਿੰਦੀ ਮੀਡੀਆ ਵਿੱਚ ਕੁਝ ਹੋਣਗੇ YouTube ਚੈਨਲਾਂ ਤੇ ਮੇਰਾ ਖਿਆਲ ਹੈ ਇੱਕ ਨੂਰ ਹੈ ਜਿਹੜਾ ਪਟਿਆਲੇ ਵੀ ਮੁੰਡਾ ਸਾਡਾ ਬੱਚਾ ਉਹ ਪਹਿਲਾ ਬੱਚਾ ਹੋਇਆਗਾ ਜਿਸਨੇ ਇਹਨਾਂ ਦਾ ਟੌਇਜ਼ ਰਿਵਿਊਜ਼ ਆ ਜਿਹੜਾ ਆਪਣਾ ਚੈਨਲ ਸ਼ੁਰੂ ਕੀਤਾ ਹੋਇਆ ਜਗਿੰਦਰ ਸਿੰਘ ਮਹਿਰਾ 골ਡੀ ਮਹਿਰਾ ਦਾ ਬੇਟਾ ਹੈ ਤੇ ਉੱਥੇ ਗੱਲ ਚੱਲੀ ਮੈਂ ਕਿਹਾ ਜਦੋਂ ਇਹਦੀ ਸ਼ੁਰੂਆਤ ਹੋਈ ਉਹਨਾਂ ਦੇ ਮੈਂ ਕਿਹਾ ਵੀ ਇਸ ਪਾਸੇ ਕੰਮ ਕਰਨਾ ਚਾਹੀਦਾ ਉਹਦੇ ਵਿੱਚ ਦੇਖੋ ਬੱਚੇ ਜਿਹੜੇ ਨੇ ਖੁਸ਼ ਵੀ ਹੁੰਦੇ ਨੇ ਟੌਇਜ਼ ਬਾਰੇ ਜਾਣ ਕੇ ਖੜਾਉਣੇ ਬਾਰੇ ਜਾਣ ਕੇ ਸੋ ਇਸ ਦੌਰਾਨ ਬੱਚੇ ਦੀ ਅਰਨਿੰਗ ਦਾ ਸੋਰਸ ਵੀ ਹੈ ਜਿਹੜਾ ਬਣ ਰਿਹਾ ਉਹਨਾਂ ਦੀ ਕਮਾਈ ਦਾ ਸੋਰਸ ਵੀ ਹੈ ਜਿਹੜਾ ਬਣ ਰਿਹਾ ਤੇ ਉਹ ਬੱਚਾ ਇੱਕ ਬੂਸਟ ਹੁੰਦਾ ਹੁਣ ਸਾਡੇ ਬੱਚੇ ਸਿਰਫ ਇੰਡੀਅਨ ਬੱਚੇ ਜਿਹੜੇ ਨੇ ਜ਼ਿਆਦਾਤਰ ਉਹ ਇੱਕ ਟੋਲ ਟੂਲ ਬਣੇ ਨੇ ਉਹ ਆਪਣੀਆਂ ਵੀਡੀਓ ਗੇਮ ਤੇ ਜਾਂ ਉਹਨਾਂ ਤੇ ਜ਼ਿਆਦਾ ਸਮਾਂ ਬਰਬਾਦ ਕਰਦੇ ਨੇ ਜਿਹੜਾ ਅਰਨਿੰਗ ਪੁਆਇੰਟ ਹੈ ਜਿਸ ਤਰ੍ਹਾਂ ਇਸ ਬੱਚੇ ਨੇ ਸ਼ੁਰੂ ਕੀਤਾ ਇੱਕ ਨੂਰ ਨੇ ਕਿ ਤੁਸੀਂ ਇੱਕ ਟੈਕਨੀਸ਼ੀਅਨ ਵੀ ਬਣੋ ਤੁਸੀਂ ਸਿਰਫ ਕੰਜ਼ਿਊਮਰ ਨਾ ਬਣੋ ਤੁਸੀਂ ਦੇਣ ਵਾਲੇ ਵੀ ਬਣੋ ਸੋ ਉਸ ਬੱਚੇ ਨੇ ਜਿਵੇਂ ਸ਼ੁਰੂ ਕੀਤਾ ਉਹ ਬੱਚੇ ਦਾ ਤੁਸੀਂ ਇੱਕ ਨੂਰਵਾਰਡ ਚੈਨਲ ਤੇ ਜਾ ਕੇ ਵੇਖੋ ਬੜੀ ਕਮਾਲ ਦੀ ਜਾਣਕਾਰੀ ਉਹ ਦਿੰਦਾ ਹਾਲਾਂਕਿ ਉਹਨੂੰ ਮਤਲਬ ਬਹੁਤਾ ਦੇਰ ਨਹੀਂ ਹੋਇਆ ਸਾਲ ਛੇ ਮਹੀਨੇ ਦੀ ਗੱਲ ਹੈ ਪਰ ਫਿਰ ਵੀ ਉਹਦੇ ਅੱچھے ਸਬਸਕ੍ਰਾਈਬਰ ਨੇ ਉਹ ਖਡਾਉਣਿਆਂ ਦਾ ਰਿਵਿਊ ਕਰਦਾ ਉਹਨਾਂ ਦੀ ਪਰਚੋਲ ਕਰਦਾ ਕਿ ਕਿਵੇਂ ਸੈੱਲ ਪਾਉਣਾ ਕਿਵੇਂ ਕੱਢਣਾ ਕਿਵੇਂ ਇਹਦੀ ਲਾਈਫ ਵੱਧ ਸਕਦੀ ਹੈ ਇਹਨੂੰ ਇਹ じゃ ਕਿਉਂਕਿ ਮੈਨੂੰ ਯਾਦ ਆ ਅਸੀਂ ਵੀ ਖਡਾਉਣੇ ਮਾਜਰੀ ਦੇ ਮੇਲੇ ਤੋਂ ਨਾ ਮੈਂ ਇੱਕ 5 ਰੁਪਏ ਦਾ ਹੈਲੀਕਾਪਟਰ ਲੈ ਕੇ ਆਇਆ ਸੀਗਾ ਉੜਦਾ ਤਾਂ ਨਹੀਂ ਸੀ ਪਰ ਉਹ ਘੁੰਮਦਾ ਸੀ ਨਾਲੋਂ ਤੇ ਪੱਖਾ ਚੱਲਦਾ ਸੀਗਾ ਤੇ ਜਦੋਂ ਮੈਂ ਲੈ ਕੇ ਆਇਆ ਮੇਰੇ ਫਾਦਰ ਸਾਹਿਬ ਤੇ ਹੋਰ ਫੈਮਿਲੀ ਵਾਲੇ ਅਸੀਂ ਤਾਂ ਸੌਂਗੇ ਤੱਕੇ ਟੁੱਟੇ ਉਹ ਰਾਤ ਦੇ ਵਿੱਚ ਉਹਨੂੰ ਮਤਲਬ ਲਾਈਟਾਂ ਬਹੁਤ ਸੋਹਣੀਆਂ ਸੀ ਬਹੁਤ ਸੋਹਣਾ ਮਤਲਬ ਬਜ਼ੁਰਗਿਆਂ ਨੇ ਵੀ ਉਹਨੂੰ ਇੰਜੋਏ ਕੀਤਾ ਸਾਡੇ ਵੇਲੇ ਮਿੱਟੀ ਦੇ ਖਡਾਉਣੇ ਹੁੰਦੇ ਸੀਗੇ ਲੱਕੜ ਦੇ ਖਡਾਉਣੇ ਹੁੰਦੇ ਸੀ ਅੱਗ ਢੀਰਾ ਸੀ ਜਿਹੜਾ ਵਾਕਰ ਆ ਗਿਆ ਅੱਜਕੱਲ ਬੜਾ ਕੁਝ ਆ ਗਿਆ ਅਸੀਂ ਤਾਂ ਢੀਰਿਆਂ ਤੇ ਦੰਦ ਪਣਾ ਕੇ ਪੈਦਾ ਹੋਏ ਆਂ ਹੈਨਾ ਜਾਂ ਮਤਲਬ ਸਾਡੀਆਂ ਬੀਬੀਆਂ ਮਾਈਆਂ ਕੀ ਕਰਦੇ ਅਸੀਂ ਰੂਹ ਪਾ ਕੇ ਉਹ ਗੁੱਡੀਆਂ ਪਟੋਲੇ ਬਣਾ ਦਿੰਦੀਆਂ ਸੀ ਖਾਸ ਕਰਕੇ ਕੁੜੀਆਂ ਨੂੰ ਏਦਾਂ ਦੇ ਖਡਾਉਣਿਆਂ ਦਾ ਬਹੁਤ ਸ਼ੌਕ ਹੈ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਹੁਣ ਪਟੋਲਾ ਮਾੜਾ ਲਫ਼ਜ਼ ਨਹੀਂ ਹੈ ਪਟੋਲੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦਾ ਸੋ ਉਹ ਜਿਹੜਾ ਬਹੁਤ ਸੋਹਣਾ ਜਿਹਾ ਬੱਚਾ ਬਣਾਉਂਦੇ ਆ ਨੇ ਲੜਕੀਆਂ ਬੜੇ ਚਾਹ ਮਲਾਰ ਦੇ ਨਾਲ ਉਹ ਗੁੱਡੀਆਂ ਪਟੋਲਿਆਂ ਨਾਲ ਖੇਡਣਾ ਉਹਨਾਂ ਦਾ ਸੋ ਵਿਆਹ ਕਰਨਾ ਸੋ ਬਚਪਨ ਦੇ ਵਿੱਚ ਅਸੀਂ ਤਾਂ ਮਿੱਟੀ ਵਾਲੀਆਂ ਖੇਡਾਂ ਖੇਡਦੇ ਰਹਿਆ ਖੂ ਕਿਾਰੇ ਖੇਡਣੇ ਹੈਨਾ ਇੱਕ ਜਾਗ ਜਾਂ ਬਾਲਟੀ ਪਾਣੀ ਦੀ ਭਰ ਲੈਣੀ ਤੇ ਉਹਨੂੰ ਫਿਰ ਆਲੂ ਬਣਾ ਕੇ ਚਵੱਚਾ ਬਣਾ ਕੇ ਉਹਦੇ ਕਿਾਰੇ ਛੱਡਣੇ ਸੋਦੀ ਖੇਤੀ ਅਸੀਂ ਖਡਾਉਣੇ ਰਾਹੀਂ ਸਿੱਖ ਜਾਂਦੇ ਸੀ ਇਸ ਕਰਕੇ ਬਾਕੀ ਜਿਹੜੇ ਖਡਾਉਣੇ ਸਾਡੀ ਮਾਨਸਿਕਤਾ ਤੇ ਬਹੁਤ ਅਸਰ ਪਾਉਂਦੇ ਨੇ ਜਦੋਂ ਰਸ਼ੀਆ ਟੁੱਟਿਆ ਨਹੀਂ ਸੀ ਇਹ ਸੋਵੀਅਤ ਸੰਘ ਸੀਗਾ ਤੇ ਉੱਥੇ ਉਹ ਖਡਾਉਣੇ ਬੈਨ ਸੀਗੇ ਜਿਹੜੇ ਇਕੱਲੇ ਬੱਚਿਆਂ ਦੇ ਲਈ ਖੇਡੇ ਜਾਂਦੇ ਸੀ ਹੁਣ ਕਿਉਂਕਿ ਉਹਦੇ ਵਿੱਚ ਫਿਰ ਉਹ ਇਕੱਲਾਪਨ ਜ਼ਿਆਦਾ ਹੁੰਦਾ ਹੈ ਹੁਣ ਖੇਡਾਂ ਅਜਹੀਆਂ ਹੋਣ ਕਿ ਸਾਨੂੰ ਨਾਲ ਖੇਡਣ ਵਾਲੇ ਸਹਿਯੋਗੀ ਦੀ ਜ਼ਰੂਰਤ ਹੋਵੇ। ਹੁਣ ਉਹਨਾਂ ਨੇ ਰਸ਼ੀਆ ਨੇ ਤਾਂ ਜੋ ਲੋਕਾਂ ਦਾ ਆਪਸੀ ਸਾਂਝ ਬਣੀ ਰਹੇ ਉਹਨਾਂ ਨੇ ਜਿਹੜੀਆਂ ਇੰਡੀਵਿਜੂਅਲ ਗੇਮ ਸੀਗੀਆਂ ਉਹ ਸਾਰੀਆਂ ਬੈਨ ਸੀਗੀਆਂ ਕਿ ਇਦਾਂ ਦੇ ਖੜਾਉਣੇ ਹੁਣ ਜਿਹੜੇ ਕਈ ਲੋਕ ਰਲ ਕੇ ਖੇਡ ਸਕਣ। ਸੋ ਇਸ ਕਰਕੇ ਖੜਾਉਣਾ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਜਿਹੜੀਆਂ ਨਮੋਸ਼ੀਆਂ ਨੇ ਉਹਨਾਂ ਨੂੰ ਖੜਾਉਣਾ ਨਮੋਸ਼ੀਆਂ ਨੂੰ ਖੁਸ਼ੀਆਂ 'ਚ ਬਦਲਦਾ। ਸੋ ਇਸ ਕਰਕੇ ਜਿਹੜੀ ਖਿਡੌਣਾ ਸਨਤ ਦੇ ਵਿੱਚ ਇਸ ਰਾਏ ਬੱਚਾ ਇੱਕ ਨੂਰ ਆ ਤੁਸੀਂ ਇਸ ਤੇ ਚੈਨਲ ਤੇ ਜਾ ਕੇ ਵਿਜ਼ਿਟ ਕਰਕੇ ਵੇਖੋ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਲਾਓ ਹੈਨਾ ਉਹਦੇ ਵਿੱਚ ਬੱਚੇ ਜਿਹੜਾ ਉਹਨਾਂ 'ਚ ਟੈਲੈਂਟ ਆ ਜਿਹੜਾ ਹੋਰ ਉਬਰੇਗਾ ਹੁਣ ਜਿਹੜਾ ਬੱਚਾ ਇੰਨੀ ਕੋਮਰ 'ਚ ਵੀਡੀਓ ਤੇ ਆਉਣ ਲੱਪਿਆ ਉਹਦੇ 'ਚ ਉਹ ਟੈਲੈਂਟ ਆ ਜਿਹੜਾ ਉਬਰੇਗਾ ਸਾਡੇ ਸਿੱਖ ਬੱਚੇ ਜਾਂ ਭਾਰਤੀ ਬੱਚੇ ਬਹੁਤ ਘੱਟ ਨੇ ਇਸ ਪਾਸੇ ਸੋ ਪੰਜਾਬੀ ਚ ਰਿਵਿਊ ਕਰੋ ਅੰਗਰੇਜ਼ੀ ਚ ਕਰੋ ਹਿੰਦੀ ਚ ਕਰੋ ਜਿਹੜੀ ਵੀ ਮਰਜ਼ੀ ਭਾਸ਼ਾ ਚ ਕਰੋ ਸੋ ਇਹ ਜਿਹੜਾ ਖਡਾਉਣਾ ਸੰਨਤ ਦਾ ਸਕੋਪ ਵੀ ਆ ਹੁਣ ਜਿਸ ਤਰ੍ਹਾਂ ਸਰਕਾਰਾਂ ਇਸ ਪਾਸੇ ਸੋ ਸੋਚਣ ਲੱਗੀਆਂ ਨੇ ਅਸੀਂ ਐਨੇ ਖਡਾਉਣੇ ਆ ਨਾ ਜਿਹੜੇ ਇੰਨੀਆਂ ਚੀਜ਼ਾਂ ਜਿਹੜੀਆਂ ਉਹ ਚਾਈਨਾ ਤੋਂ ਮੰਗਾ ਰਹੇ ਹੁਣ ਮੋਦੀ ਸਭ ਗੱਲਾਂ ਤਾਂ ਕਰਦੇ ਨੇ ਕਿ ਅਸੀਂ 1.5% ਹੈ ਸਾਡੀ ਕੰਟਰੀਬਿਊਸ਼ਨ ਖਡਾਉਣਾ ਸੰਨਤ ਦੇ ਵਿੱਚ ਆਲ ਵਿਸ਼ਵ ਖਡਾਉਣਾ ਸੰਨਤ ਦੇ ਵਿੱਚ ਪਰ ਅਸੀਂ ਤੇ ਜੀ ਮੂਰਤੀਆਂ ਬਣਾਉਣ ਵਾਲੇ ਲੋਕ ਆ ਜਿਨ੍ਹਾਂ ਨੇ ਸਟੈਚੂ ਆਫ ਯੂਨਿਟੀ ਜਿਹੜੀ ਮੂਰਤੀ ਬਣਾਈ ਵੱਲਪਾਈ ਪਟੇਲ ਦੀ ਉਹ ਵੀ ਚਾਈਨਾ ਤੋਂ ਬਣਵਾਈ ਹੁਣ ਇੱਥੇ ਤੁਸੀਂ ਵੇਖੋ ਧਨੋਲਾ ਦੇ ਵਿੱਚ ਤੁਸੀਂ ਵੇਖੋ ਕਿ ਲੱਕੜ ਦੇ ਖਡਾਉਣਿਆਂ ਦਾ ਕਿੱਡੀ ਬਾਜ਼ਾਰ ਬਣ ਗਿਆ ਦੋ ਚਾਰ ਦੁਕਾਨਾਂ ਹੁੰਦੀਆਂ ਸੀ ਸਾਡੇ ਵੇਖਦੇ ਵੇਖਦੇ ਧਨੋਲੇ ਮੰਡੀ ਪਸ਼ੂਆਂ ਦੀ ਮੰਡੀ ਲਈ ਮਸ਼ਹੂਰ ਹੁੰਦੀ ਸੀ ਮੱਝਾਂ ਦੇ ਵਾਸਤੇ ਧਨੋਲਾ ਮੰਡੀ ਪਰ ਹੁਣ ਉਹ ਖਡਾਉਣਿਆਂ ਦੀ ਲੱਕੜ ਦੇ ਖਡਾਉਣੇ ਗੱਡੇ ਘੀਰੇ ਤਾਂ ਬੀਤੀਆਂ ਗੱਲਾਂ ਹੋ ਗਈਆਂ ਤੇ ਉਹ ਲੱਕੜ ਦੀਆਂ ਕੰਬਾਈਨਾ ਟਰੈਕਟਰ ਪਤਾ ਨਹੀਂ ਕੀ ਕੁਝ ਬਣਾਉਂਦੇ ਨੇ ਬੜੇ ਕਮਾਲ ਦੇ ਉਹ ਲੱਕੜ ਦੇ ਖਡਾਉਣੇ ਬਣਾਉਂਦੇ ਨੇ ਹੈਨਾ ਸੋ ਇਸ ਕਰਕੇ ਮਿੱਟੀ ਦੇ ਖਡਾਉਣੇ ਹੁੰਦੇ ਸੀ ਪਲਾਸਟਿਕ ਦੇ ਬਣਾਉਣ ਲੱਗੇ ਨੇ ਹੋਰ ਕਈ ਚੀਜ਼ਾਂ ਦੇ ਨੇ ਆ ਇਸ ਤਰ੍ਹਾਂ ਜਿਸ ਤਰ੍ਹਾਂ ਸੈਲਫ ਹੈਲਪ ਗਰੁੱਪ ਨੇ ਜੋ ਖੇਤੀਬਾੜੀ ਵਿਭਾਗ ਦੇ ਕਿਸਾਨ ਕ੍ਰਿਸ਼ੀ ਕੇਂਦਰਾਂ ਨਾਲ ਹੀ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਬੀਬੀਆਂ ਨੇ ਜਿਸ ਤਰ੍ਹਾਂ ਹੈਲਪ ਗਰੁੱਪ ਬਣਾਏ ਨੇ ਉਹ ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਪੱਖੀਆਂ ਗੁੱਡੀਆਂ ਪਟੋਲੇ ਛੋਟੇ ਬੱਚਿਆਂ ਦੇ ਖਡਾਉਣੇ ਇਹ ਚੀਜ਼ਾਂ ਨੇ ਜਿਹੜੀਆਂ ਉਹਨੋਂ ਨੋਬਤਾ ਸੀਗਾ ਉਹਨਾਂ ਨੇ ਦੇਖੋ ਸੀਰੀਅਲ ਉਹਨਾਂ ਨੇ ਲਿਆਂਦਾ ਨੋਬਤਾ ਉਸ ਸੀਰੀਅਲ ਦੇ ਵਿੱਚ ਬੱਚਿਆਂ ਦਾ ਜਿਹੜਾ ਬੜਾ ਕਾਫੀ ਮਸ਼ਹੂਰ ਕਰੈਕਟਰ ਸੀਗਾ ਨੋਬਿਤਾ ਤੇ ਉਹਦਾ ਇੱਕ ਕਰੈਕਟਰ ਉਹਦੇ ਵਿੱਚ ਸੀਗਾ ਡੋਰੇਮੋਨ ਉਹ ਡੋਰੇਮੋਨ ਮੇਰੇ ਖਿਆਲ ਨਾਲ ਹਰ ਘਰ ਦੇ ਪੰਜਾਬ ਦੇ ਵਿੱਚ ਉਹ ਡੋਰੇਮੋਨ ਪਿਆ ਬੱਚਿਆਂ ਕੋਲ ਬੱਚਿਆਂ ਦਾ ਪਸੰਦੀਦਾ ਸੀ ਹੁੰਦਾ ਸੀ ਪਾਈ ਆਦਾ ਕਿਲੋ ਰੋਮ ਪਾਈ ਤੇ ਉੱਪਰ ਬਣਾਇਆ ਡੋਰੇਮੋਨ ਠੀਕ ਹੈ ਪਹਿਲਾਂ ਚਾਈਨਾ ਨੇ ਉਹਨੂੰ ਮਸ਼ਹੂਰ ਕੀਤਾ ਇੰਡੀਆ 'ਚ ਪਰ ਲੋਕਲ ਸੰਤ ਨੇ ਵੀ ਡੋਰੇਮੋਨ ਤੋਂ ਕਾਫੀ ਦਮੜੇ ਡਾਲਰ ਹੈ ਜਿਹੜੇ ਨੇ ਕਮਾਏ ਨੇ ਸੋ ਇਹ ਇੱਕ ਬਹੁਤ ਵੱਡਾ ਇਸੇ ਤਰ੍ਹਾਂ ਦਾ ਇੱਕ ਕਾਰਪੋਰੇਟ ਵਪਾਰਕ سلسلہ ਵੀ ਹੈ ਉਦਯੋਗ ਦਾ سلسلہ ਵੀ ਹੈ ਜਾਨੀ ਇਸੇ ਤਰ੍ਹਾਂ ਭੀਮ ਸਿਗਾ ਛੋਟਾ ਭੀਮ ਉਸ ਤੋਂ ਬਾਅਦ ਤੁਸੀਂ ਭੀਮ ਦੇ ਨਾਂ ਤੇ ਵੇਖੋ ਸ਼ਾਪਸ ਖੁੱਲ ਗਈਆਂ ਸ਼ੋਰੂਮ ਬਣ ਗਏ ਨੇ ਮੈਂ ਛਤੀਸਗੜ੍ਹ ਦੇ ਵਿੱਚ ਗਿਆ ਉੱਥੇ ਮੈਂ ਪਹਿਲੀ ਵਾਰੀ ਰਾਜਪੁਰ ਚ ਵੇਖਿਆ ਕਿ ਬਹੁਤ ਵੱਡੇ ਪਲਾਜ਼ੇ ਚ ਭੀਮ ਦੀ ਆਪਣੀ ਸ਼ਾਪ ਖੁੱਲੀ ਹੋਈ ਉੱਥੇ ਭੀਮ ਨਾਲ ਸੰਬੰਧਤ ਸਾਰੇ ਪ੍ਰੋਡਕਟ ਵਿਕ ਰਹੇ ਨੇ ਸੋ ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਕਾਰਪੋਰੇਟ ਸਿਸਟਮ ਹੈ ਇੱਕ ਵਪਾਰ ਦਾ ਸਿਸਟਮ ਹੈ ਇਹਦੇ ਵਿੱਚ ਤੁਸੀਂ ਰਿਵਿਊ ਕਰੋ ਖਪਤਕਾਰੋ ਕੰਜ਼ਿਊਮਰੋ ਕੁਝ ਵੀ ਕਰੋ ਜਿਸ ਤਰ੍ਹਾਂ ਛੋਟਾ ਬੱਚਾ ਸਾਡਾ ਭਤੀਜੇ ਏਕਨੂਰ ਕਰਦਾ ਸੋ ਇਦਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਹੁਣ ਅੱਗੇ ਗੁੱਲੀ ਘੜਦੇ ਹੁੰਦੇ ਸੀਗੇ ਗੁੱਲੀ ਡੰਡਾ ਖੇਡਦੇ ਹੁੰਦੇ ਸੀ ক্রিকেট ਦਾ ਸ਼ਰੂਪ ਹੈ ਉਹ ਗੁੱਲੀ ਘੜਨੀ ਵੀ ਇੱਕ ਕਲਾ ਸੀ ਜ਼ਰੂਰੀ ਨਹੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਬਹੁਤ ਪੈਸਾ ਕਮਾਇਆ ਜਾ ਸਕਦਾ ਹੈ ਹੁਣ ਇਹ ਜਿਸ ਤਰ੍ਹਾਂ ਧਨੋਲਾ ਮੰਡੀ ਹੈ ਜਾਂ ਹੋਰ ਹੈ ਇਹਨਾਂ ਦੇ ਲੱਕੜ ਦੇ ਬਣੇ ਖਡਾਉਣੇ ਵਿਦੇਸ਼ਾਂ ਨੂੰ ਵੀ ਜਾਂਦੇ ਨੇ ਹੈਨਾ ਸੋ ਇਸ ਕਰਕੇ ਤੁਸੀਂ ਲੱਕੜ ਦੀਆਂ ਚੱਕੀਆਂ ਦੇਖੋ ਤੁਸੀਂ ਜਿਹੜੀ ਚੱਕੀ ਆਪਾਂ ਪੀਸਦੇ ਹਾਂ ਘਰਾਟ ਦਾ ਰੂਪ ਹੁੰਦਾ ਸੀ ਪਹਿਲਾਂ ਉਹ ਲੱਕੜ ਦੀਆਂ ਚੱਕੀਆਂ ਬਹੁਤ ਕਮਾਲ ਦੀਆਂ ਬਣੀਆਂ ਹੋਏ ਨੇ ਇਹ ਜਿਹੜਾ ਖਾਦੀ ਬੋਰ ਵਾਲਿਆਂ ਦਾ ਆਧਾਰੇ ਸੀਗੇ ਉੱਥੇ ਉਹ ਲੱਕੜ ਦੇ ਖਡਾਉਣੇ ਹਾਥੀ ਘੋੜੇ ਉਹ ਬਹੁਤ ਸੋਹਣੇ ਮਿਲਦੇ ਨੇ ਨਾ ਉਹ ਸਦੀਵੀ ਤੁਹਾਡੇ ਸ਼ੋਅਰੂਮ ਚ ਪਏ ਰਹਿੰਦੇ ਨੇ ਸੋ ਇਸ ਕਰਕੇ ਇਹ ਜਿਹੜੀ ਛੋਟੀ ਸੰਤ ਹੈ ਜਿਸ ਦੇ ਨਾਲ ਉਹ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਲੋਹਾਰ ਤਖਾਨ ਜਾਂ ਹੋਰ ਭਾਈਚਾਰੇ ਦੇ ਲੋਕ ਨੇ ਇਸ ਤਰ੍ਹਾਂ ਜਿਹੜੇ ਘੁਮਿਆਰ ਨੇ ਉਹ ਵੀ ਮਿੱਟੀ ਦੇ ਘਡੌਣੇ ਬਣਾਉਂਦੇ ਸੀ ਉਹਨੂੰ ਤੁਸੀਂ ਵੇਖੋ ਕਿ ਪੰਜਾਬ ਦੀਆਂ ਸੜਕਾਂ ਦੇ ਕੰਢੇ ਜਿਹੜੇ ਬਹੁਤ ਸਾਰੇ ਗਰੀਬ ਲੋਕ ਬੈਠੇ ਨੇ ਉਹ ਮੂਰਤੀਆਂ ਜਾਂ ਉਹ ਲਾਫਿੰਗ ਬੁੱਧਾ ਉਹ ਕਿੰਨਾ ਸੋਹਣਾ ਬਣਾਉਂਦੇ ਨੇ ਪਰ ਉਹਨਾਂ ਦੀ ਓਨੀ ਕਦਰ ਨਹੀਂ ਇਸੇ ਕਰਕੇ ਬਹੁਤ ਸਾਰੇ ਘਡੌਣੇ ਜਿਵੇਂ ਫਿਰੋਜ਼ਾਬਾਦ ਹੈ ਉਹ ਚੀਨੀ ਮਿੱਟੀ ਦੇ ਬਣਦੇ ਨੇ ਕੱਚ ਦੇ ਬਣਦੇ ਨੇ ਫਰੋਜਾਵਾਦ ਚ ਕੱਚ ਦੇ ਬਣਦੇ ਨੇ ਤੇ ਬਲੰਦ ਸ਼ਹਿਰ ਦੇ ਵਿੱਚ ਬਲੰਦ ਸ਼ਹਿਰ ਦੇ ਨੇੜੇ ਖੁਰਜਾ ਆ ਉੱਥੇ ਚਿਨੀ ਚਿਨੀ ਮਿੱਟੀ ਦੇ ਬਹੁਤ ਖਡਾਉਣੇ ਬਣਦੇ ਨੇ ਸੋ ਇਸ ਕਰਕੇ ਇੱਕ ਬਹੁਤ ਵੱਡੀ ਸਨਤ ਹੈ ਸਾਨੂੰ ਸਾਰੇ ਸਾਰੇ ਮਾਮਲੇ ਨਾਲ ਜੁੜਨਾ ਚਾਹੀਦਾ ਖਾਸ ਕਰਕੇ ਜਿਹੜੇ ਸਾਡੇ ਰਵਾਇਤੀ ਖਡਾਉਣੇ ਸੀਗੇ ਉਹਨਾਂ ਦੇ ਨਾਲ ਵੀ ਸਾਨੂੰ ਜੁੜਨਾ ਚਾਹੀਦਾ ਹੈ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਗੀਤਾਂ ਦੇ ਵਿੱਚ ਮਹਾਵਰਿਆਂ ਖਾਣਾ ਦੇ ਵਿੱਚ ਬਹੁਤ ਸਾਰੇ ਖਡਾਉਣੇ ਜਿਹੜੇ ਲੋਪ ਹੋ ਗਏ ਨੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਰੋੜੇ ਖੇਡਦੇ ਸੀ ਲੜਕੀਆਂ ਮੁੰਡੇ ਵੀ ਖੇਡਦੇ ਸੀ ਰੋੜੇ ਗੀਟੇ ਕਹਿੰਦੇ ਸੀ ਜਿਸ ਨੂੰ ਕੰਤ ਨਿਆਣੇ ਨੇ ਮੈਂ ਗੀਟੇ ਖੇਡਣ ਲਾ ਲਈ ਸੋ ਖੇਡ ਕੇ ਖੜੋਕਣੇ ਅਜੇ ਢੋਲਾ ਨਹੀਂ ਘਰ ਆਇਆ ਹਨਾ ਸੋ ਇਸ ਤਰ੍ਹਾਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਵਿਰਾਸਤ ਨਾਲ ਜੁੜੀ ਏ ਮਤਲਬ ਮੁੱਢਲੀ ਵਿਰਾਸਤ ਹੈ ਅਸੀਂ ਲੋਗਰਾਂ ਨੂੰ ਆਮ ਖਲੋਣਾ ਜਾਣਾ ਕਿ ਅਸੀਂ ਉਸ ਰਾਮ ਨੂੰ ਰੱਬ ਨੂੰ ਤਾਂ ਖੜਾਉਣਾ ਬਣਾ ਲਿਆ ਪਰ ਜਿਹੜੇ ਅਸਲੀ ਖੜਾਉਣੇ ਸਾਡੇ ਭਾਰਤੀਆਂ ਕੋਲ ਸੀਗੇ ਉਹ ਖਸੀਂ ਖੜਾਉਣੇ ਲਿਆ ਹੀ ਨਹੀਂ ਸਕੇ ਉਹ ਅਸੀਂ ਵਿਦੇਸ਼ਾਂ ਤੋਂ ਮੰਗਵਾ ਰਹੇ ਐਸ ਕਰਕੇ ਜਰੂਰ ਇਸ ਪਾਸੇ ਸੋਚਣਾ ਚਾਹੀਦਾ ਹੈ ਕਿ ਜਰੂਰ ਸਾਡੇ ਬੱਚੇ ਇਹਨਾਂ ਦੇ ਰਿਵਿਊ ਕਰਨ ਇਹਨਾਂ ਦੇ ਸਾਡੇ ਇੰਡਸਟਰੀਲੀ ਦੇ ਵਿੱਚ ਜਿਹੜੇ ਲੋਕ ਨੇ ਜਾਂ ਜਰੂਰੀ ਨਹੀਂ ਪਿੰਡਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਇਸ ਰੋਜ਼ਗਾਰ ਨਾਲ ਜੁੜ ਸਕਦੇ ਆ ਸੋ ਇਹ ਸੀ ਖੜਾਉਣਾ ਸੰਬੰਧ ਪਰ ਕੁਝ ਅਪਡੇਟਸ ਤੇ ਜੋ ਪ੍ਰਧਾਨ ਮੰਤਰੀ ਦੀ ਇਸ ਮੀਟਿੰਗ ਕੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਕਿ ਟਾਈਕਨੋਮੀ ਦੇ ਵਿੱਚ ਭਾਰਤ ਨੂੰ ਅੱਗੇ ਲਿਜਾਣ ਦੀ ਲੋੜ ਹੈ ਮੋਦੀ ਸਾਹਿਬ ਨੇ ਬਿਆਨ ਦਿੱਤਾ ਤੇ ਇਹ ਸਾਡਾ ਜਿਹੜਾ ਬੱਚਾ ਭਤੀਜ ਇਕਨੂਰ 골ਡ ਮੈਰਾ ਦਾ ਬੇਟਾ ਉਸ ਦਾ ਵੀ ਜਿਹੜਾ ਇਕਨੂਰ ਵਰਡ YouTube ਚੈਨਲ ਹੈ ਉਹਤੇ ਵੀ ਤੁਸੀਂ ਜਾ ਕੇ ਜਰੂਰ ਸਰਚ ਮਾਰੋ ਕੋਈ ਲੋੜਿੰਗ ਦੇ ਸੁਝਾਅ ਨੇ ਜਰੂਰ ਦਿਓ ਹੈਨਾ ਸੋ ਜਰੂਰਣਾ ਚਾਹੀਦਾ ਇਸ ਪਾਸੇ ਵੀ ਕਿਉਂਕਿ ਇਹ ਵੀ ਇੱਕ ਰੋਜ਼ਗਾਰ ਹੈ ਜੀ